ਸੋ ਸਾਰੇ ਵਧੀਆ ਹੋਵੋਗੇ ਅਤੇ ਵੈਲਕਮ ਹੈ ਤੁਹਾਡਾ ਪੰਗੂ ਬਲੌਗ ਚੈਨਲ ਦੇ ਉੱਤੇ ਅਤੇ ਨਵੀਂ ਇੱਕ ਵੀਡੀਓ ਦੇ ਵਿੱਚ। ਕਾਫੀ ਦਿਨਾਂ ਤੋਂ ਮੈਂ ਬਲੌਗ ਕੰਟੀਨਿਊ ਨਹੀਂ ਸੀ ਪਾ ਰਹੀ, ਫਿਰ ਮੈਂ ਹੁਣ ਸੋਚਿਆ ਗਾ ਹੈ ਨਾ ਵੀ ਮੈਂ ਕੰਟੀਨਿਊ ਕਰਾਂ, ਬਿਕੋਜ਼ ਇਹਦੇ ਨਾਲ ਥੋੜ੍ਹਾ ਚੈਨਲ 'ਤੇ ਵੀ ਇਫੈਕਟ ਪੈਂਦਾ। ਮੈਂ ਥੋੜ੍ਹੀ ਬਿਜ਼ੀ ਸੀਗੀ ਅਤੇ ਕੰਮ ਵਗੈਰਾ 'ਤੇ ਜਾਣਾ, ਕੋਲਜ ਵਗੈਰਾ, ਇਸ ਕਰਕੇ। ਬਾਕੀ ਇਹ ਹੈ ਕਿ ਵੀ ਥੋੜ੍ਹਾ ਪਵਿੱਤਰ ਦਾ ਵੀ ਹੋ ਜਾਂਦਾ ਹੈਗਾ। ਅਤੇ ਅੱਜ ਹੈਗਾ ਸੰਡੇ ਦਾ ਦਿਨ, ਸਾਡੇ ਮੋਰਨਿੰਗ ਹੋ ਚੁੱਕੀ ਹੈਗੀ, ਇੰਡੀਆ 'ਚ ਹਾਲੇ ਮੋਰਨਿੰਗ ਨਹੀਂ ਹੋਈ। ਅਤੇ ਆਪਣਾ ਸੰਡੇ ਦਾ ਦਿਨ ਦੀ ਸ਼ੁਰੂਆਤ ਜਿਹੜੀ ਹੋ ਚੁੱਕੀ ਹੈਗੀ, ਵੱਜ ਚੁੱਕੇ ਨੇ ਗੇ 9:30। ਬਾਹਰ ਦੇਖੋ ਕਿੰਨਾ ਵਧੀਆ ਮੌਸਮ ਹੈ। ਮੈਂ ਇਹ ਜਿਹੜਾ ਗਾ ਕਰਟਨ ਲਾ ਕੇ ਰੱਖਦੀ ਹਾਂਗੀ, ਜ਼ਿਆਦਾਤਰ ਹਾਫ ਵਾਲਾ, ਅਤੇ ਬਾਹਰ ਕਿੰਨਾ ਵਧੀਆ ਲੱਗ ਰਿਹਾ ਗਾ। ਅਤੇ ਅੱਜ ਸੰਡੇ ਨੂੰ ਮੈਂ ਬਣਾਉਣੇ ਸੀਗੇ ਛੋਲੇ ਪੂਰੀਆਂ। ਸਬਜ਼ੀ ਮੈਂ ਹੁਣੇ ਬਣਾ ਕੇ ਰੱਖ ਦੂੰਗੀ, ਪੂਰੀਆਂ ਮੈਂ ਉਦੋਂ ਬਣਾਉਂਗੀ ਜਦੋਂ ਖਾਣਾ ਹੈਗਾ, ਬਿਕੋਜ਼ ਹਾਲੇ ਮੈਨੂੰ ਵੀ ਨਹੀਂ ਭੁੱਖ ਅਤੇ ਮਨਪ੍ਰੀਤ ਹਾਲੇ ਲੇਟ ਆਉਣਗੇ ਕਿਉਂਕਿ ਉਹ ਕੰਮ 'ਤੇ ਚਲੇ ਗਏ, ਪਵਿੱਤਰ ਸੁੱਤੀ ਹੋਈ ਹੈਗੀ। ਅਤੇ ਅੱਜ ਦੇ ਦਿਨ ਮੈਂ ਤੁਹਾਨੂੰ ਕੁਝ ਸਪੈਸ਼ਲ ਗੱਲਾਂ ਨੇ ਜਿਹੜੀਆਂ ਤੁਹਾਡੇ ਨਾਲ ਉਹ ਸ਼ੇਅਰ ਕਰੂੰਗੀ, ਜਿਹੜੀਆਂ ਕਿ ਤੁਸੀਂ ਹੈ ਨਾ ਕਈ ਵਾਰੀ ਉਹ ਚੀਜ਼ਾਂ ਮੈਨੂੰ ਪੁੱਛੀਆਂ ਗਈਆਂ ਨੇਗੀਆਂ। ਮੈਂ ਕਹਿੰਦੀ ਚਲ ਉਹਨਾਂ ਦੀ ਰਿਪਲਾਈ ਦੇ ਦਈਏ ਆਪਾਂ। ਅਤੇ ਬਾਕੀ ਇਹ ਸੀਗਾ, ਮਤਲਬ ਕਿ ਮੈਂ ਨਾ ਕੁਛ ਸੋਚਿਆ ਗਾ ਵੀ ਮੈਂ ਸਾਰਿਆਂ ਦੇ ਕਮੈਂਟ ਪੜ੍ਹਿਆ ਕਰਾਂ ਡੇਲੀ। ਮੈਂ ਲਾਸਟ ਵੀਡੀਓ ਤੋਂ ਹੀ ਕਮੈਂਟ ਚੱਕੂੰਗੀ, ਉਹਦੇ ਵਿੱਚ ਆਪਾਂ ਮੈਂ ਡੇਲੀ ਮਤਲਬ ਫਸਟ 5 ਦੇ ਨਾਮ ਲਿਆ ਕਰੂੰਗੀ ਹੈ ਨਾ ਵੀਡੀਓ ਦੇ ਵਿੱਚ। ਅਤੇ ਅੱਜ ਆਪਾਂ ਉਹੀ ਕਰਨਾ ਹੈਗਾ। ਵੈਸੇ ਅੱਜ ਮੈਂ ਜਿੰਨੇ ਕਮੈਂਟ ਆਏ ਹੋਏ ਨੇ ਉਹ ਸਾਰੇ ਪੜ੍ਹਨੇ ਨੇਗੇ। ਅਤੇ ਕੁਛ ਕੁ ਸਵਾਲ ਸੀਗੇ ਜਿੱਦਾਂ ਕਿ ਮੈਰਿਜ ਨੂੰ ਲੈ ਕੇ ਸੀਗਾ ਹੈ ਨਾ, 1-2 ਹੋਰ ਸੀਗੇ ਪਵਿੱਤਰ ਨੂੰ ਲੈ ਕੇ, ਜਾਂ ਤੁਸੀਂ ਕਿੱਥੇ ਰਹਿੰਦੇ ਹੋ, ਜਨਰਲੀ ਇਹ ਪੁੱਛਿਆ ਜਾਂਦਾ ਹੈਗਾ। ਮੈਂ 1-2 ਵਾਰੀ ਲਾਈਵ 'ਚ ਜਵਾਬ ਦਿੱਤਾ ਹੈਗਾ, ਪਰ ਲਾਈਵ ਦੇ ਵਿੱਚ ਮੇ ਬੀ ਸਾਰੇ ਨਹੀਂ ਹੋਣਗੇ ਹੈ ਨਾ, ਸੋ ਇਸ ਕਰਕੇ ਕਈ ਵਾਰੀ ਸਾਰਿਆਂ ਨੇ ਵਾਰੀ ਪੁੱਛਿਆ ਹੈਗਾ ਕਿ ਤੁਸੀਂ ਕਿੱਥੇ ਰਹਿੰਦੇ ਹੋਗੇ, ਕਿੱਥੇ ਤੁਹਾਡਾ ਘਰ ਹੈਗਾ, ਅਤੇ ਵੀ ਟਾਈਮ ਦਾ ਕਿੱਦਾਂ ਫਰਕ ਹੈ। ਕਈ ਵਾਰੀ ਮੈਂ ਬੋਲ ਦਿੰਦੀ ਹਾਂਗੀ ਵੀ ਹੈ ਨਾ ਟਾਈਮ ਦਾ ਸਾਡੇ ਫਰਕ ਆ ਗਏ, ਉਹ ਮਤਲਬ ਜਦੋਂ ਮੈਂ ਕਿਸੇ ਦਾ ਲਾਈਵ ਜੁਆਇਨ ਕਰਦੀ ਹਾਂ ਉਹਦੇ ਵਿੱਚ ਵੀ ਮੈਂ ਦੱਸਦੀ ਹੁੰਦੀ ਹਾਂ ਮੈਂ ਨਾਲ ਨਾਲ ਕੰਮ ਕਰਦੀ ਸੀਗੀ। ਅਤੇ ਇਸ ਕਰਕੇ ਉਹ ਪੁੱਛਦੇ ਹੁੰਦੇ ਆ ਨਾ ਵੀ ਤੁਹਾਡੇ ਟਾਈਮ ਦਾ ਕਿੱਦਾਂ ਫਰਕ ਹੈ, ਉਹ ਸਾਰੀਆਂ ਗੱਲਾਂ ਦੇ ਜਵਾਬ ਅੱਜ ਮੈਂ ਦਊਂਗੀ। ਪਹਿਲਾਂ ਮੈਂ ਕਿਹਾ ਨਾਲ ਨਾਲ ਕੰਮ ਵੀ ਕਰ ਲਈਏ। ਅਤੇ ਹੁਣ ਮੈਂ ਬਣਾ ਰਹੀ ਹਾਂ ਸਬਜ਼ੀ, ਮੈਂ ਉਹਦੇ 'ਚ ਪਾਣੀ ਪਾ ਦੇਵਾਂ। ਲਓ ਜੀ ਪਾਣੀ ਪਾ ਦਿੱਤਾ, ਹੁਣ ਇਹ ਜਿਹੜੀ ਹੈ ਕਿ ਬਣ ਜੂਗੀ ਸਬਜ਼ੀ ਹੈ ਜਿਹੜੀ ਮੈਂ ਉਹ ਰੱਖਤੀ। ਸਬਜ਼ੀ ਮੈਂ ਤਾਂ ਪਹਿਲਾਂ ਬਣਾਈ ਹੈ ਬਿਕੋਜ਼ ਫਿਰ ਕਈ ਵਾਰੀ ਪਵਿੱਤਰ ਉੱਠ ਜਾਂਦੀ ਹੈਗੀ, ਫਿਰ ਉਹ ਨਹੀਂ ਕੰਮ ਕਰਨ ਦਿੰਦੀ। ਚਲੋ ਹੁਣ ਥੋੜ੍ਹਾ ਜਿਹਾ ਕੰਮ ਰਹਿ ਗਿਆ ਕਿਚਨ ਦਾ, ਤੋਂ ਕਲੀਨਿੰਗ ਮੈਂ ਰਾਤ ਡਨ ਕਰਕੇ ਪਈ ਸੀ, ਬਸ ਹੁਣ ਥੋੜ੍ਹੀ ਜਿਹੀ ਹੋਊਗੀ ਉਹ ਨਾਲ ਦੀ ਨਾਲ ਕਰ ਦੂੰਗੀ ਮੈਂ। ਅਤੇ ਇੱਧਰ ਪਹਿਲਾਂ ਮੈਂ ਕਿਹਾ ਵੀ ਕੱਪੜੇ ਕੱਢਦਾ ਮਸ਼ੀਨ 'ਚੋਂ, ਮੈਂ ਰਾਤ ਧੋਤੇ ਸੀ, ਫਿਰ ਰਾਤ ਮੈਨੂੰ ਨੀਂਦ ਆ ਗਈ 12 ਵਜੇ। ਅਤੇ ਫਿਰ ਮੈਨੂੰ ਮੈਂ ਕਿਵੇਂ ਹੋ ਗਿਆ, ਮੈਂ ਕਿਹਾ ਚੱਲ ਮੋਰਨਿੰਗ ਹੀ ਕੱਢ ਦੂੰਗੀ ਮੈਂ। ਹਾਂਜੀ ਸਬਜ਼ੀ ਆਪਣੀ ਬਣ ਚੁੱਕੀ ਹੈਗੀ। ਮੈਂ ਥੋੜ੍ਹਾ ਜਿਹਾ ਮੈਂ ਦੇਖ ਰਹੀ ਸੀਗੀ ਵੀ ਬਾਹਰ 'ਚ ਮੌਸਮ ਦਿਖਾਉਂਦਾ, ਦੇਖੋ ਕਿੰਨੇ ਬੱਦਲ ਬੁੱਦਲ 'ਚ ਹੋਏ ਨੇ, ਬਾਹਰ ਠੰਡ ਵੀ ਜ਼ਿਆਦਾ, ਮੈਂ ਬਾਹਰ ਨਹੀਂ ਜਾਂਦੀ, ਥੋੜ੍ਹਾ ਜਿਹਾ ਕੋਲਡ ਹੋਇਆਗਾ। ਅਤੇ ਸਬਜ਼ੀ ਬਣਨ ਦੇ ਨਾਲ ਹੋਰ ਕੰਮ ਨਿਬੇੜਨ ਦੇ ਨਾਲ ਨਾਲ ਮੈਂ ਹੁਣ ਸੋਚਿਆ ਵੀ ਪਵਿੱਤਰ ਕੋਲ ਬੈਠ ਜਾਂ, ਬਿਕੋਜ਼ ਭੁੱਖ ਤਾਂ ਹੈ ਨਹੀਂ ਗੀ ਵੀ, ਰੋਟੀ ਤਾਂ ਮੈਂ ਫੇਰ ਹੀ ਬਣਾਉਣੀ, ਸੋਰੀ ਪੂਰੀਆਂ ਤਾਂ ਫੇਰ ਹੀ ਬਣਾਉਣੀਆਂ ਨੇਗੀਆਂ। ਅਤੇ ਹੁਣ ਆਪਾਂ ਪੜ੍ਹਦੇ ਹਾਂ ਕਮੈਂਟਸ ਬੈਠ ਕੇ।
ਨਾਲ ਕਰਾਂਗੇ ਤੁਹਾਨੂੰ ਰਿਪਲਾਈ, ਕਿਉਂਕਿ ਨਾ ਉਹ ਕਮੈਂਟ ਇੱਕ ਦੋ ਇਹੋ ਜਿਹੇ ਆ ਜਿਹੜੇ ਮੈਨੂੰ ਕਾਫੀ ਵਾਰੀ ਆ ਗਏ ਸੀਗੇ, ਬਟ ਮੈਂ ਉਹਨਾਂ ਦਾ ਰਿਪਲਾਈ ਨਹੀਂ ਸੀ ਕੀਤਾ, ਅਤੇ ਫਿਰ ਮੈਨੂੰ ਲੱਗਿਆ ਵੀ ਮੈਂ ਵੀਡੀਓ ਬਣਾ ਕੇ ਜਵਾਬ ਦਊਂਗੀ। ਵੈਸੇ ਮੈਂ ਪਵਿੱਤਰ ਦੀ ਟੇਕ ਕੇਅਰ ਦੀ ਵੀਡੀਓ ਬਣਾਈ ਹੋਈ ਉਹਦੇ ਪਾਪਾ ਦੀ, ਤੁਹਾਨੂੰ ਪਹਿਲਾਂ ਵੀ ਦੱਸਿਆ ਹੈ ਨਾ, ਤੁਸੀਂ ਉਹ ਦੇਖ ਸਕਦੇ ਹੋਗੇ, ਤਾਂ ਤੁਹਾਨੂੰ ਉਹਦਾ ਜਵਾਬ ਹੈ ਜਿਹੜਾ ਆਪਣੇ ਆਪ ਹੀ ਮਿਲ ਜਾਣਾ ਹੈਗਾ, ਪਰ ਫਿਰ ਵੀ ਆਪਾਂ ਜਿਹੜਾ ਉਹਦਾ ਰਿਪਲਾਈ ਜ਼ਰੂਰ ਕਰਾਂਗੇ। ਚਲੋ ਆ ਜਾਓ ਫਿਰ ਆਪਾਂ ਕਰੀਏ ਗੱਲਾਂ ਬਾਤਾਂ। ਕਰਦੇ ਹਾਂ ਕਮੈਂਟ ਸ਼ੁਰੂ, ਅਤੇ ਮੈਂ ਇਹਦੇ ਲਈ ਆਪਣਾ ਪੁਰਾਣਾ ਫੋਨ ਹੈ ਜਿਹੜਾ ਉਹ ਚਾਰਜ ਕੀਤਾ ਰਾਤ, ਮੈਂ ਕਿਹਾ ਵੀ ਫਿਰ ਮੈਨੂੰ ਇੱਦਾਂ ਪਤਾ ਨਹੀਂ ਲੱਗਣਾ। ਲਓ ਜੀ ਆਪਾਂ ਖੋਲ੍ਹਦੇ ਹਾਂ ਆਪਣੇ ਵੀਡੀਓਜ਼। ਅੰਦਰ ਗਲਾ ਥੋੜ੍ਹਾ ਜਿਹਾ ਖਰਾਬ ਹੈ, ਨਾਲੇ ਮੈਂ ਕੁਛ ਖਾਧਾ ਪੀਤਾ ਨਹੀਂ, ਇਹੋ ਜਿਹਾ ਵੀ ਠੰਡਾ ਹੋਵੇ ਜਿਹੜਾ, ਪਰ ਫਿਰ ਵੀ ਪਤਾ ਨਹੀਂ ਕਿਵੇਂ ਹੋ ਗਿਆ। ਮੈਂ ਰੱਖੜੀ ਵਾਲੀ ਵੀਡੀਓ ਚੱਕੀ ਹੈਗੀ ਉਹਦੇ ਤੋਂ ਪੜ੍ਹੂੰਗੀ, ਇੱਕ ਦੋ ਮੈਨੇ ਸੋਚਿਆ ਵੀ ਮੈਂ ਹੋਰ ਵੀਡੀਓਜ਼ ਤੋਂ ਵੀ ਲੈ ਲੂੰਗੀ। ਥੈਂਕ ਯੂ ਪਹਿਲਾਂ ਤਾਂ ਸਭ ਤੋਂ ਜਿਹੜੇ ਕਮੈਂਟ ਕਰਦੇ ਆ ਹੈ ਨਾ, ਇੱਕ ਤਾਂ ਆਂਟੀ ਨੂੰ ਮੈਂ ਜਾਣਦੀ ਹਾਂ ਹੈ ਨਾ, ਮੁਸ਼ਕਰ ਦੀ ਮੰਮੀ ਨੇ, ਥੈਂਕ ਯੂ ਸੋ ਮੱਚ ਆਂਟੀ, ਅਤੇ ਇੱਕ ਰਾਜਵੀਰ ਮਾਨ ਉਹਨਾਂ ਦੇ ਰਿਲੇਟਿਵ ਨੇਗੇ, ਥੈਂਕ ਯੂ ਸੋ ਮੱਚ, ਤੁਸੀਂ ਇੰਨੇ ਸੋਹਣੇ ਸੋਹਣੇ ਕਮੈਂਟ ਕਰਦੇ ਹੋ ਹੈ ਨਾ, ਵੀ ਮੈਨੂੰ ਵਧੀਆ ਲੱਗਦਾ ਹੈਗਾ ਤੁਸੀਂ ਜਦੋਂ ਹੈ ਨਾ ਹਰੇਕ ਚੀਜ਼ ਨੂੰ ਪੁੱਛਦੇ ਹੋ। ਇੱਕ ਦਿਨ ਤੁਸੀਂ ਪੁੱਛਿਆ ਸੀ ਵੀ ਪ੍ਰਿੰਸ ਦਾ ਜਿਹੜਾ ਤੁਸੀਂ ਕਮਰਾ ਨਹੀਂ ਦਿਖਾਇਆ ਉਹਦੇ ਲਈ ਸੋਰੀ, ਬਿਕੋਜ਼ ਉਹ ਮੈਨੂੰ ਇਹ ਸੀਗਾ ਨਾ ਕਈ ਵਾਰੀ ਇਹਨਾਂ ਦੇ ਕਮਰਿਆਂ 'ਚ ਮਤਲਬ ਬੈੱਡਸ਼ੀਟ ਨਹੀਂ ਸੈੱਟ ਕਰਕੇ ਜਾਂਦੇ ਮੁੰਡੇ, ਸਵੇਰੇ ਸਵੇਰੇ ਇੱਦਾਂ ਹੀ ਕੰਮ 'ਤੇ ਚਲੇ ਜਾਂਦੇ, ਮੈਂ ਇਸ ਕਰਕੇ ਪਹਿਲਾਂ ਮੈਂ ਇਕੱਲੇ ਜਸ਼ਨ ਦਾ ਰੂਮ ਤਾਂ ਖੋਲ੍ਹ ਲਿਆ, ਬਟ ਫਿਰ ਮੈਨੂੰ ਲੱਗਿਆ ਵੀ ਮੈਂ ਰੂਮ ਨਹੀਂ ਖੋਲ੍ਹਣੇ ਹੈ ਨਾ, ਇਸ ਕਰਕੇ ਮੈਂ ਜਸਟ ਵਾਰੋ ਵਾਰੋ ਦਿਖਾਤੇ ਸੀਗੇ। ਅਤੇ ਕਦੇ ਫਿਰ ਆਪਾਂ ਬਣਾਵਾਂਗੇ, ਆਪਾਂ ਸਾਰਿਆਂ ਦੇ ਰੂਮ ਨੇ ਜਿਹੜੇ ਉਹ ਸ਼ੇਅਰ ਕਰਾਂਗੇ, ਇਹਨਾਂ ਨੂੰ ਕਹਿ ਦਾਂਗੇ ਵੀ ਭਾਈ ਰੂਮ ਹੈ ਜਿਹੜੇ ਉਹ ਵਧੀਆ ਤਰੀਕੇ ਨਾਲ ਕਲੀਨ ਕਰਕੇ ਬੈੱਡਸ਼ੀਟ ਵਿਛਾ ਦਿਓ, ਉਹ ਆਪਾਂ ਰੂਮ ਜ਼ਰੂਰ ਸ਼ੇਅਰ ਕਰਾਂਗੇ ਤੁਹਾਡੇ ਨਾਲ ਵੀ ਅੱਜ ਕਰਨ ਦਾ ਰੂਮ ਕਿਵੇਂ ਦਾ। ਵੈਸੇ ਸਾਡੇ ਬਿਲਕੁਲ ਨਾਲ ਹੀ ਹੈਗਾ, ਇਕੱਠੇ ਹੀ ਹਾਂ ਅਸੀਂ। ਅਤੇ ਦੂਜੇ ਦੀਦੀ ਹੈਗੇ ਨੇਗੇ ਅਮਨ ਪੰਜਾਬੀ ਵਲੋਗ, ਇਹਨਾਂ ਦੀਦੀ ਦਾ ਕਮੈਂਟ ਆਲਵੇਸ ਹੁੰਦਾ ਮੇਰੀ ਵੀਡੀਓ 'ਤੇ, ਅਤੇ ਪਵਿੱਤਰ ਬਾਰੇ ਹੈ ਨਾ ਡੇਲੀ ਸਾਰੇ ਪੁੱਛਦੇ ਰਹਿੰਦੇ ਨੇਗੇ, ਇਹ ਵੀ ਪਵਿੱਤਰ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਨੇ, ਪਵਿੱਤਰ ਨੂੰ ਸਾਰੇ ਹੀ ਬਹੁਤ ਪਿਆਰ ਕਰ ਦੇਣਗੇ, ਥੈਂਕ ਯੂ ਸੋ ਮੱਚ। ਇੱਕ ਹੈਗੇ ਨੇ ਗੁੰਨੂ ਸਾਹਿਬ, ਮੈਂ ਸਾਰਿਆਂ ਦੇ ਵਲੋਗ ਖੁਦ ਵੀ ਦੇਖਦੀ ਹਾਂਗੀ, ਜਿੱਦਾਂ ਕਿ ਅਮਨ ਦੀਦੀ ਦੇ ਵੀ ਇੱਕ ਦੋ ਵਾਰੀ ਲਾਈਵ 'ਚ ਵੀ ਮੈਂ ਗਈ ਹਾਂ, ਬਟ ਥੋੜ੍ਹਾ ਟਾਈਮ ਦਾ ਫਰਕ ਹੋਣ ਕਰਕੇ ਹੈ ਨਾ ਵੀ ਇੱਦਾਂ ਪੋਸੀਬਿਲਿਟੀ ਨਹੀਂ ਵੀ ਮੈਂ ਰੋਜ਼ ਰੋਜ਼ ਜਾਵਾਂ। ਅਤੇ ਗੁੰਨੂ ਸਾਹਿਬ ਇਹਨਾਂ ਨੇ ਹੈਪੀ ਰੱਖੜੀ ਬੋਲਿਆ ਸੀਗਾ, ਥੈਂਕ ਯੂ ਸੋ ਮੱਚ ਦੀਦੀ ਐਂਡ ਸੇਮ ਟੂ ਯੂ। ਅਤੇ ਮਤਲਬ ਕਿ ਗੁਰੂ ਸਾਹਿਬ ਦਾ ਮੈਂ ਨਾ ਚੈਨਲ ਦੇਖਦੀ ਹੁੰਦੀ ਹੈਗੀ ਇੱਕ ਦੋ ਦਿਨਾਂ ਦੇ ਬਾਅਦ, ਮੈਂ ਇਹਦੇ ਇਕੱਠੀਆਂ ਵੀਡੀਓਜ਼ ਦੇਖ ਕੇ ਆਉਂਦੀ ਹਾਂ, ਫਿਰ ਇੱਕ ਵੀਡੀਓਜ਼ 'ਤੇ ਕਮੈਂਟ ਕਰਦੀ ਹੁੰਦੀ ਹੈਗੀ। ਇਹਨਾਂ ਦੇ ਵੀਡੀਓ ਬਹੁਤ ਸੋਹਣੇ ਹੁੰਦੇ, ਮੈਨੂੰ ਇਹਨਾਂ ਦੇ ਬੱਚੇ ਬਹੁਤ ਕਿਊਟ ਲੱਗਦੇ ਨੇਗੇ ਬੋਲਦੇ। ਨੈਕਸਟ ਇਹਨਾਂ ਦੇ ਕਾਫੀ ਜ਼ਿਆਦਾ ਨੇ ਨਾ ਵੀ ਪਵਿੱਤਰ ਨੇ ਰੱਖੜੀ ਬੰਨ੍ਹ, ਅਤੇ ਬਹੁਤ ਵਧੀਆ ਲੱਗਿਆ ਮੈਨੂੰ ਵੀ ਪਵਿੱਤਰ ਦੀ ਰੱਖੜੀ ਵੀ ਬਹੁਤ ਸੋਹਣੀ ਹੈ। ਅਤੇ ਇੱਕ ਹੈਗੇ ਨੇ ਹਰਦੀਪ ਦੀਦੀ, ਮੈਨੂੰ ਸਪੈਸ਼ਲੀ ਉਹਨਾਂ ਦੀ ਗਾਰਡਨਿੰਗ ਬਹੁਤ ਵਧੀਆ ਲੱਗਦੀ ਹੈ, ਮੈਂ ਉਹਨਾਂ ਦੀ ਵੀਡੀਓਜ਼ ਪੱਕਾ ਦੇਖਦੀ ਹੁੰਦੀ ਹੈਗੀ, ਉਹੀ ਹੈ ਮੈਂ ਦੇਖਦੀ ਹੁੰਦੀ ਹਾਂ ਇਕੱਠੀਆਂ ਵੀਡੀਓਜ਼ ਦੋ ਤਿੰਨ, ਜੇ ਮੈਨੂੰ ਡੇਲੀ ਟਾਈਮ ਮਿਲ ਜੇ ਤਾਂ ਮੈਂ ਇੱਕ ਦੋ ਜਣਿਆਂ ਦੀਆਂ ਡੇਲੀ ਦੇਖ ਲੈਂਦੀ ਹਾਂ, ਅਦਰਵਾਈਜ਼ ਮੈਂ ਮਤਲਬ ਕਿ ਜਿਵੇਂ ਇੱਕ ਦਿਨ ਦੋ ਦਿਨ ਇੱਕ ਦਿਨ ਮੈਂ ਦੋ ਤਿੰਨ ਜਣਿਆਂ ਦੀਆਂ ਦੇਖ ਲਈਆਂ, ਫਿਰ ਇੱਦਾਂ ਕਰਕੇ ਮੈਂ ਦੇਖ ਲੈਂਦੀ ਹੈਗੀ ਕਮੈਂਟ, ਬਟ ਮੈਂ ਇੱਕ ਵੀਡੀਓ 'ਤੇ ਕਰ ਪਾਉਂਦੀ ਹੈਗੀ। ਅਤੇ ਇਹਨਾਂ ਦੀ ਤਾਂ ਮੈਨੂੰ ਉਹੀ ਆ ਗਾਰਡਨਿੰਗ ਬਹੁਤ ਸੋਹਣੀ ਲੱਗਦੀ ਹੈਗੀ, ਅਤੇ ਇਹ ਸਪੈਸ਼ਲੀ ਮੈਨੂੰ ਪਵਿੱਤਰ ਦੇ ਲਈ ਬਹੁਤ ਵਧੀਆ ਸੁਜੈਸ਼ਨਸ ਦਿੰਦੇ ਹੁੰਦੇ ਨੇ, ਜਿੱਦਾਂ ਕਿ ਉਹਨਾਂ ਨੇ ਇੱਕ ਵਾਰੀ ਦਿੱਤੀ ਸੀਗੀ ਪਵਿੱਤਰ ਨੂੰ ਪਾਉਣ ਦੇ ਲਈ। ਪਵਿੱਤਰ ਦੀਦੀ ਪਹਿਨਦੀ ਮੋਦੀ ਹੈ, ਬਟ ਇਹ ਫੇਸ ਹੈ ਜਿਹੜਾ ਉਹ ਸਾਈ ਤੋਂ ਟੇਢਾ ਕਰ ਲੈਂਦੀ ਹੈਗੀ,
ਇਹਦਾ ਫੇਸ ਆਲਵੇਜ਼ ਇੱਦਾਂ ਸਾਈਡ 'ਤੇ ਹੁੰਦਾ ਹੈਗਾ, ਮਤਲਬ ਇਹਦੇ ਸਾਹ ਰੋਕਣ ਦਾ ਕੋਈ ਐਡਾ ਇਸ਼ੂ ਨਹੀਂ ਹੈਗਾ। ਮੈਨੂੰ ਟੈਨਸ਼ਨ ਹੋਈ ਸੀ ਜਦੋਂ ਤੁਸੀਂ ਦੱਸਿਆ, ਹੈ ਨਾ, ਮੈਨੂੰ ਬਹੁਤ ਵਧੀਆ ਲੱਗਿਆ ਵੀ ਤੁਸੀਂ ਪਵਿੱਤਰ ਦੀ ਫਿਕਰ ਕਰਦੇ ਹੋ ਸਾਰੇ। ਅਤੇ ਬਟ ਇਹ ਇੱਦਾਂ ਸਾਈਡ 'ਤੇ ਪੈਂਦੀ ਹੈ ਦੀਦੀ। ਦੂਜੇ ਫਿਰ ਹੈਗੇ ਨੇ ਜੀ ਸਰਬਜੀਤ ਕੌਰ ਢਿੱਲੋਂ, ਇਹਨਾਂ ਦੀਦੀ ਦੇ ਵੀ ਬਹੁਤ ਸੋਹਣੇ ਕਮੈਂਟ ਹੁੰਦੇ ਨੇਗੇ, ਅਤੇ ਇਹਨਾਂ ਨੇ ਰੱਖੜੀ ਦੀਆਂ ਜਿਹੜੀਆਂ ਆਪਾਂ ਨੂੰ ਬੈਸਟ ਵਿਸ਼ੇਸ ਦਿੱਤੀਆਂ ਸੀ, ਥੈਂਕ ਯੂ ਸੋ ਮੱਚ ਦੀਦੀ। ਅਤੇ ਨਾਲ ਆਪਾਂ, ਮੈਂ ਦੇਖ ਰਹੀ ਸੀਗੀ ਇੱਕ ਦੋ ਵੀਡੀਓਜ਼ ਹੋਰ, ਅਤੇ ਮਤਲਬ ਕਿ ਕਮੈਂਟ ਮੈਨੂੰ ਬਹੁਤ ਜ਼ਿਆਦਾ ਲੋਕਾਂ ਦੇ ਹੁੰਦੇ ਆ, ਹੈ ਨਾ, ਅਤੇ ਸਾਰਿਆਂ ਦੇ ਵਧੀਆ ਲੱਗਦੇ ਨੇਗੇ, ਕਈ ਸੁਜੈਸ਼ਨਸ ਦਿੰਦੇ ਆਗੇ, ਉਹਨਾਂ ਦੇ ਖੁਦ ਵੀ ਚੈਨਲ ਲੈਂਗੇ, ਮੈਨੂੰ ਬਹੁਤ ਵਧੀਆ ਲੱਗਦਾ ਗਾ ਜਦੋਂ ਮਤਲਬ ਕਿ, ਹੈ ਨਾ, ਤੁਸੀਂ ਇੱਦਾਂ ਕਮੈਂਟ ਕਰਦੇ ਹੋ ਸਾਰਿਆਂ ਦਾ। ਅਗੇਨ ਥੈਂਕ ਯੂ ਸੋ ਮੱਚ। ਲਓ ਜੀ ਨੈਕਸਟ ਹੈ ਗਿਆ, ਨੈਟਵਰਕ ਹੀ ਨਹੀਂ, ਪਤਾ ਨਹੀਂ ਕੀ ਹੋ ਗਿਆ, ਵੀਡੀਓ ਹੀ ਨਹੀਂ, ਅੱਗੇ ਕਮੈਂਟ ਹੀ ਨਹੀਂ ਡਾਊਨਲੋਡ 'ਚ ਹੋ ਰਹੇ। ਪਤਾ ਨਹੀਂ ਕੀ ਹੋ ਗਿਆ, ਵੀਡੀਓ ਨਹੀਂ ਓਪਨ ਹੋ ਰਹੀ, ਬੰਦ ਹੋ ਗਈ ਹੈਗੀ। ਹਾਂਜੀ, ਇੱਕ ਮਤਲਬ ਕਿ ਅਸੀਂ ਜਦੋਂ ਸਨੋਈ ਮਾਊਂਟੇਨ ਗਿਆਂਗੇ, ਹੈ ਨਾ, ਉਹਦੇ 'ਚ ਕਿਸੇ ਨੇ ਪੁੱਛਿਆ ਸੀ ਵੀ ਤੁਹਾਡੀ ਲਵ ਮੈਰਿਜ ਹੈ ਜਾਂ ਅਰੇਂਜ। ਹਾਂਜੀ, ਉਹਦਾ ਆਪਾਂ ਰਿਪਲਾਈ ਜ਼ਰੂਰ ਕਰਾਂਗੇ। ਅਤੇ ਮੈਂ ਇਹ ਸੋਚਿਆ ਸੀ ਵੀ, ਹਾਂਜੀ, ਉਹਦਾ ਨਾਮ ਨਹੀਂ ਹੈਗਾ ਵੈਸੇ, ਉਹ ਆਈਡੀ ਦਾ ਨਾਮ ਮਤਲਬ ਯੂਜ਼ਰ ਆਈਡੀ ਕਰਕੇ ਇੱਦਾਂ ਹੀ ਆ, ਉਹਨਾਂ ਨੇ ਨਾਮ ਨਹੀਂ ਪਾਇਆ ਹੋਇਆ। ਲਓ ਜੀ, ਕਿਸੇ ਦਾ ਨਾਮ ਨਹੀਂ। ਇੱਕ ਹੈਗੇ ਨੇਗੇ ਲਵਦੀਪ ਮਾਨ, ਉਹਨਾਂ ਦੇ ਵੀ ਬਹੁਤ ਸੋਹਣੇ ਕਮੈਂਟ ਹੁੰਦੇ ਨੇ। ਇੱਕ ਗੁਰਲੀਨ ਗਿੱਲ ਵਲੋਗ, ਉਹਨਾਂ ਦਾ ਵੀ ਚੈਨਲ ਮੈਂ ਦੇਖਦੀ ਹੁੰਦੀ ਹਾਂ, ਬਹੁਤ ਸੋਹਣੇ ਵੀਡੀਓਜ਼ ਪਾਉਂਦੇ ਨੇਗੇ। ਇੱਕ ਰੂਪਨ ਜੋਤ ਨੇ ਦੀਦੀ, ਉਹਨਾਂ ਦੀ ਵੀ ਵੀਡੀਓਜ਼ ਮੈਂ ਦੇਖਦੀ ਹੁੰਦੀ ਹਾਂ, ਵਧੀਆ ਹੁੰਦੇ ਨੇਗੇ। ਇੱਕ ਦੋ ਵਾਰੀ ਮੈਂ ਲਾਈਵ 'ਚ ਵੀ ਗਈਆਂ, ਐਂਡ ਥੈਂਕ ਯੂ ਸੋ ਮੱਚ। ਐਂਡ ਇੱਕ ਹੈਗੇ ਨੇਗੇ ਮਨਦੀਪ ਵਲੋਗ 314, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ। ਐਂਡ ਇੱਕ ਕੈਨੇਡੀਅਨ ਮੰਮੀ ਸੀਗੇ, ਹੈ ਨਾ, ਉਹਨਾਂ ਦਾ ਚੈਨਲ ਮੈਨੂੰ ਬਹੁਤ ਵਧੀਆ ਲੱਗਦਾ, ਸਪੈਸ਼ਲੀ ਮੈਂ ਉਹਨਾਂ ਦੀ ਵੀਡੀਓਜ਼ ਦੇਖਦੀ ਹੁੰਦੀ ਹਾਂ। ਅਤੇ ਇੱਕ ਮਨਦੀਪ ਸਿੰਘ ਨੇਗੇ, ਇੱਕ ਯੂਪੀ ਪਿੰਡ, ਸੋਰੀ, ਯੂਪੀ ਪੰਜਾਬ ਦੇ ਪਿੰਡ ਕਰਕੇ ਆ ਉਹਨਾਂ ਦੇ ਚੈਨਲ, ਮੈਨੂੰ ਉਹਨਾਂ ਦੀ ਵੀਡੀਓਜ਼ ਪਰਸਨਲੀ ਇੰਨੀ ਵਧੀਆ ਲੱਗਦੀਆਂ ਨੇ, ਉਹਨਾਂ ਦੀਆਂ ਕੁਛ ਕੁ ਚੀਜ਼ਾਂ ਜਿਹੜੀਆਂ ਬਹੁਤ ਸਾਰੀਆਂ ਮੈਨੂੰ ਇਨਫੋਰਮੇਟਿਵ ਲੱਗਦੀਆਂ ਨੇ, ਹੈ ਨਾ। ਅਤੇ ਮੈਂ ਉਹਨਾਂ ਨੂੰ ਮਤਲਬ ਸਬਸਕ੍ਰਾਈਬ ਕੀਤਾ ਹੋਇਆ, ਸਾਰਿਆਂ ਨੂੰ ਕੀਤਾ ਹੋਇਆ। ਅਤੇ ਮਨਦੀਪ ਕੌਰ ਬਲੌਗ 123 ਦੀਦੀ, ਉਹਨਾਂ ਦੀ ਵੀਡੀਓ ਵੀ ਬਹੁਤ ਸੋਹਣੇ ਹੁੰਦੇ ਨੇ ਦੀਦੀ ਤੁਹਾਡੇ। ਅਤੇ ਅਗੇਨ ਸੇਮ ਹੀ ਆ ਕੇ ਇੱਕ ਹੈਗੇ ਨੇ ਦੀਦੀ ਬਰਨ ਫੈਮਿਲੀ ਵਾਲੇ, ਉਹ ਮੈਨੂੰ ਦੀਦੀ ਬਹੁਤ ਵਧੀਆ ਲੱਗਦੇ ਨੇ, ਉਹਨਾਂ ਦੇ ਲਾਈਵ 'ਚ ਮੈਂ ਬਹੁਤ ਵਾਰੀ ਗਈ ਹਾਂ। ਸਪੈਸ਼ਲੀ ਦੀਦੀ ਤੁਹਾਡਾ ਬਹੁਤ ਬਹੁਤ ਥੈਂਕਸ ਹੈ ਨਾ, ਅਤੇ ਤੁਸੀਂ ਵੀ ਮਤਲਬ ਪਿਆਰ ਕਰਦੇ ਹੋ, ਹੈ ਨਾ, ਮੇਰੇ ਚੈਨਲ ਨੂੰ ਵਿਜ਼ਿਟ ਕਰਦੇ ਹੋਗੇ ਸਾਰੇ, ਮੈਨੂੰ ਬਹੁਤ ਵਧੀਆ ਲੱਗਦਾ। ਹਾਂਜੀ, ਹੁਣ ਆਪਾਂ ਥੋੜ੍ਹੇ ਇੱਕ ਦੋ ਸਵਾਲਾਂ ਦੇ ਜਵਾਬ ਨੇ ਜਿਹੜੇ ਉਹ ਦੇ ਦਿੰਦੇ ਹਾਂਗੇ। ਇੱਕ ਤੁਸੀਂ ਪੁੱਛਿਆ ਸੀਗਾ ਪਵਿੱਤਰ ਦੀ ਟੇਕ ਕੇਅਰ ਕੌਣ ਕਰਦਾ, ਇਹਦੇ ਲਈ ਤੁਸੀਂ ਵੀਡੀਓ ਦੇਖ ਸਕਦੇ ਹੋਗੇ, ਹੈ ਨਾ, ਪਿੱਛੇ ਪਵਿੱਤਰ ਵਿਦ ਪਾਪਾ ਇੱਦਾਂ ਕਰਕੇ ਵੀਡੀਓ ਹੈਗੀ, ਅਤੇ ਉਹਦੇ ਵਿੱਚ ਦਿਖਾਇਆ ਗਿਆ ਵੀ ਪਵਿੱਤਰ ਦੇ ਡੈਡੀ ਮੇਰੇ ਤੋਂ ਬਿਨਾਂ ਉਹਦੀ ਟੇਕ ਕੇਅਰ ਕਿਵੇਂ ਕਰਦੇ ਨੇ ਗੇ ਜਦੋਂ ਮੈਂ ਜੋਬ 'ਤੇ ਚੱਲੀ ਜਾਂਦੀ ਜਾਂ ਕਾਲਜ ਹੁੰਦੀ ਹੈਗੀ, ਅਤੇ ਹੋਰ ਸਾਡੇ ਇੱਥੇ ਕੋਈ ਨਹੀਂ ਹੈਗਾ, ਹੈ ਨਾ, ਵੀ ਮਤਲਬ ਪਵਿੱਤਰ ਦੇ ਪਾਪਾ ਨੂੰ ਵੀ ਛੁੱਟੀ ਕਰਨੀ ਪੈਂਦੀ ਹੈਗੀ, ਜਦੋਂ ਮੇਰਾ ਕੰਮ ਹੁੰਦਾ ਤਾਂ ਉਹ ਛੁੱਟੀ ਕਰਦੇ ਨੇ, ਜਦੋਂ ਉਹਨਾਂ ਦਾ ਕੰਮ ਹੁੰਦਾ ਮੈਂ ਮਤਲਬ ਘਰ ਹੁੰਦੀ ਹੈਗੀ। ਇੱਦਾਂ ਕਰਕੇ ਅਸੀਂ ਸ਼ੁਰੂ ਤੋਂ ਦੋਨੋਂ ਜਾਣਿਆਂ ਨੇ ਹੀ ਐਡਜਸਟ ਕੀਤਾ ਹੈਗਾ, ਸਾਡਾ ਇੰਡੀਆ ਤੋਂ ਨਹੀਂ ਸੀ ਕੋਈ ਆ ਸਕਦਾ, ਥੋੜ੍ਹੇ ਸਾਡੇ ਹੈਗੇ ਸੀਗੇ, ਮਤਲਬ ਉੱਧਰ ਮੇਰਾ ਬ੍ਰਦਰ ਬਿਮਾਰ ਰਹਿੰਦਾ ਸੀ, ਇਸ ਕਰਕੇ ਮੰਮੀ ਡੈਡੀ ਨਹੀਂ ਆ ਸਕਦੇ ਸੀ। ਅਤੇ ਨਾਲ ਇਹ ਸੀਗਾ ਵੀ, ਹੈ ਨਾ, ਚਲੋ ਇੱਥੇ ਟਾਈਮ ਲੰਘ ਗਿਆ ਈਜ਼ੀਲੀ ਥੋੜ੍ਹਾ, ਆਈ ਥਿੰਕ ਸੋ ਇੰਡੀਆ 'ਚ ਹੁੰਦਾ ਆਪਾਂ ਨੂੰ,
ਵੀ ਮਤਲਬ ਹੈਲਪ ਦੀ ਜ਼ਿਆਦਾ ਲੋੜ ਹੁੰਦੀ ਹੈਗੀ, ਕਿਉਂਕਿ ਉੱਥੇ ਹੀ ਹੁੰਦਾ ਹੈਗਾ ਆਪਣੇ ਦੇਖਣ ਜ਼ਿਆਦਾ ਲੋਕ ਆਉਂਦੇ ਨੇ। ਇੱਥੇ ਸਾਰੇ ਸਮਝਦਾਰ ਹੁੰਦੇ ਨੇ ਨਾ, ਜਿਹੜੇ ਵੀ ਪਵਿੱਤਰ ਨੂੰ ਦੇਖਣ ਆਏ ਨੇਗੇ ਉਹ ਸਾਰੇ ਮੇਰੀ ਖੁਦ ਆ ਕੇ ਹੈਲਪ ਕਰਦੇ ਸੀਗੇ। ਇਹ ਨਹੀਂ ਸੀ ਮੈਨੂੰ ਹੈ ਨਾ ਵੀ ਮੈਂ ਉਹਨਾਂ ਦੇ ਲਈ ਕੋਈ ਸਪੈਸ਼ਲ ਤਿਆਰੀ ਕਰਨੀ, ਜਿਵੇਂ ਆਪਣੇ ਇੰਡੀਆ 'ਚ ਹੁੰਦਾ ਵੀ ਅੱਜ ਇਹ ਰਿਲੇਟਿਵ ਆਉਣਗੇ ਉਹਨਾਂ ਦੇ ਲਈ ਇੰਨਾ ਸਾਰਾ ਖਾਣ ਪੀਣ ਕਰਨਾ। ਸੋ ਚਲੋ ਖਾਣ ਪੀਣ ਸਾਰਿਆਂ ਦੇ ਲਈ ਕਰਨਾ ਹੁੰਦਾ, ਉਹ ਚੀਜ਼ ਨਹੀਂ ਮੈਂ ਕਹਿ ਰਹੀ, ਬਟ ਇੱਥੇ ਇਹ ਹੈਗਾ ਵੀ ਉਹ ਖੁਦ ਆ ਕੇ ਹੈਲਪ ਕਰ ਦਿੰਦੇ ਨੇਗੇ ਹੈ ਨਾ। ਜਿਵੇਂ ਚਾਹ ਬਣਾ ਰਹੀ ਹਾਂ ਤਾਂ ਉਹ ਚਾਹ ਉਹਨਾਂ ਨੇ ਖੁਦ ਪਾ ਲੈਣੀ ਆ, ਸਰਵ ਕਰ ਲੈਣੀ ਆ, ਬਸ ਉਹਨੇ ਬੋਲ ਦੇਣਾ ਹੈਗਾ ਵੀ ਮੈਨੂੰ ਸਮਾਨ ਦੱਸ ਦਿਓ, ਮੈਂ ਖੁਦ ਹੀ ਸਰਵ ਕਰ ਲਾਂਗੇ ਅਸੀਂ। ਮਤਲਬ ਇੱਥੇ ਸਾਰੇ ਜਦੋਂ ਵੀ ਆਪਾਂ ਕਿਸੇ ਦੇ ਵੀ ਘਰ ਜਾਂਦੇ ਹਾਂ ਹੈ ਨਾ, ਇੱਕ ਦੂਜੇ ਦੀ ਹੈਲਪ ਕਰ ਦਿੰਦੇ ਨੇਗੇ। ਨਹੀਂ ਆਪਣੇ ਇੰਡੀਆ 'ਚ ਹੁੰਦੇ ਸਪੈਸ਼ਲੀ ਰਿਸ਼ਤੇਦਾਰ ਆਏ ਉਹ ਬੈਠੇ ਨੇਗੇ ਅਤੇ ਘਰ ਦੇ ਕੰਮਾਂ 'ਚ ਲੱਗੇ ਹੁੰਦੇ ਨੇਗੇ ਬਾਕੀ ਜਣੇ, ਚਾਹੇ ਇੱਕ ਜਣਾ ਸਿੰਗਲ ਬੰਦਾ ਕੰਮ ਕਰ ਰਿਹਾ ਉਹ ਕੰਮ ਹੀ ਕਰੀ ਜਾਊਗਾ, ਕੰਮ ਹੀ ਕਰੀ ਜਾਊਗਾ, ਬਟ ਇੱਥੇ ਇੱਦਾਂ ਨਹੀਂ ਹੁੰਦਾ। ਸੋ ਇੱਦਾਂ ਕਰਕੇ ਹੈ ਨਾ ਟਾਈਮ ਸਾਡਾ ਵਧੀਆ ਲੰਘ ਗਿਆ ਇੱਕ ਦੂਜੇ ਦੀ ਹੈਲਪ ਦੇ ਨਾਲ। ਅਤੇ ਉਸ ਟਾਈਮ ਅਸੀਂ ਟਿਫਨ ਆਪਦਾ ਲਗਵਾ ਲਿਆ ਸੀਗਾ, ਬਿਕੋਜ਼ ਰੋਟੀ ਨਹੀਂ ਬਣਾਉਣੀ ਪੋਸੀਬਲ ਸੀਗੀ ਘਰ 'ਚ। ਅਤੇ ਬਸ 20-25 ਦਿਨਾਂ ਦੇ ਵੱਧ ਅਸੀਂ ਦੁਬਾਰਾ ਆ ਗਏ ਨਾ, ਆਪਣੇ ਜਿਹੜਾ ਕਿਚਨ ਜੁਆਇਨ ਕਰ ਲਈ ਸੀਗੀ, ਮੈਂ ਬਣਾ ਲੈਂਦੀ ਸੀ। ਅਤੇ ਇੱਕ ਹੈਗਾ ਸੀ ਉਹ ਤੁਹਾਨੂੰ ਦੱਸਿਆ ਕਿ ਮੈਂ ਉਹਦਾ ਜਵਾਬ ਦੇਣ ਲੱਗੀ ਹਾਂ ਮੈਰਿਜ ਦੇ ਬਾਰੇ। ਮੈਰਿਜ ਸਾਡੀ ਅਰੇਂਜ ਹੈਗੀ, ਬਟ ਕਈਆਂ ਨੂੰ ਲੱਗਦਾ ਕਿ ਸਾਡੀ ਲਵ ਮੈਰਿਜ ਹੈ, ਸਾਡੀ ਕੋਈ ਲਵ ਮੈਰਿਜ ਨਹੀਂ ਹੈਗੀ, ਸਾਡੀ ਅਰੇਂਜ ਮੈਰਿਜ ਹੈਗੀ। ਅਤੇ ਬਟ ਕਈਆਂ ਵੀ ਸ਼ੱਕ ਹੈ ਜਿਹੜਾ ਗਾ ਉਹ ਲਵ ਮੈਰਿਜ ਦਾ ਹੀ ਹੁੰਦਾ, ਮਤਲਬ ਯਕੀਨ ਨਹੀਂ ਕੋਈ ਮੰਨਦਾ ਸਾਡੀ ਮੈਰਿਜ ਦਾ ਵੀ ਅਸੀਂ ਸਾਡੀ ਅਰੇਂਜ ਮੈਰਿਜ ਹੈ। ਜਦੋਂ ਵੀ ਕੋਈ ਪੁੱਛਦਾ ਹੈਗਾ ਤਾਂ ਕਹਿਣਾ ਵੀ ਨਹੀਂ ਤੁਸੀਂ ਝੂਠ ਬੋਲਦੇ ਹੋਗੇ ਕਿ ਤੁਹਾਡੀ ਲਵ ਮੈਰਿਜ ਹੈ, ਨਹੀਂ ਜੀ ਸਾਡੀ ਅਰੇਂਜ ਮੈਰਿਜ ਹੈਗੀ। ਸੋ ਬਾਕੀ ਇੱਕ ਹੈਗਾ ਸੀਗਾ ਵੀ ਤੁਸੀਂ ਕਿੱਥੇ ਰਹਿੰਦੇ ਹੋਗੇ, ਅਸੀਂ ਆਸਟ੍ਰੇਲੀਆ ਦੇ ਵਿੱਚ ਕੈਨਬਰਾ ਸਟੇਟ ਦੇ ਵਿੱਚ ਰਹਿੰਦੇ ਹਾਂਗੇ। ਅਤੇ ਇੱਥੇ ਟਾਈਮ ਦਾ ਤੁਹਾਨੂੰ ਜਨਰਲ ਮਤਲਬ ਕਿ ਪਤਾ ਹੀ ਆ ਹੈ ਨਾ ਵੀ 4.5 ਘੰਟਿਆਂ ਦਾ ਫਿਲਹਾਲ ਫਰਕ ਹੈ, ਅੱਗੇ ਅੱਗੇ 5.5 ਘੰਟਿਆਂ ਦਾ ਹੋਜੂਗਾ। ਸੋ ਬਸ ਇਹੀ ਸੀਗਾ ਵੀ ਅਸੀਂ ਆਸਟ੍ਰੇਲੀਆ ਦੇ ਵਿੱਚ ਰਹਿੰਦੇ ਹਾਂ ਕੈਨਬਰਾ ਦੇ ਵਿੱਚ। ਸਵਾਲ ਆਪਾਂ ਕਿਤੇ ਫੇਰ ਹੈ ਨਾ ਅਗਲੀ ਵੀਡੀਓ ਦੇ ਵਿੱਚ ਜਵਾਬ ਦੇਵਾਂਗੇ। ਨੈਕਸਟ ਵੀਡੀਓ 'ਤੇ ਤੁਸੀਂ ਸਾਰੇ ਜਾਣੇ ਕਮੈਂਟ ਕਰਿਓ ਅਤੇ ਆਪਾਂ ਉਹਨਾਂ ਦਾ ਜਿਹੜਾ ਗਾ ਜ਼ਰੂਰ ਰਿਪਲਾਈ ਕਰਿਆ ਕਰਾਂਗੇ, ਨਾਮ ਲਿਆ ਕਰਾਂਗੇ। ਅਤੇ ਮਿਲਦਾ ਇੱਕ ਨਵੀਂ ਵੀਡੀਓ ਦੇ ਨਾਲ, ਸਤਿ ਸ਼੍ਰੀ ਅਕਾਲ, ਬਾਏ ਬਾਏ।